ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਹਾਲ ਚਾਲ ਨੇ ਜੀ ਮੇਰੇ ਸਾਰੇ ਵੀਰਾਂ ਦੇ, ਸਵਾਗਤ ਹੈ ਜੀ ਮੇਰੇ ਓਫੀਸ਼ੀਅਲ ਯੂਟਿਊਬ ਚੈਨਲ ਨਵਦੀਪ ਸਿੰਘ ਲੁਧਿਆਣਵੀ ਤੇ। ਅੱਜ ਮੈਂ ਜਿਹੜੇ ਆਪਣੇ ਵੀਰਾਂ ਲਈ ਦਸਤਾਰ ਦਾ ਟਿਊਟੋਰੀਅਲ ਨਹੀਂ ਲੈ ਕੇ ਆਇਆ, ਐਤਕੀ ਲੈ ਕੇ ਆਇਆ ਕਿ ਮੇਰੀ ਜਿਹੜੀ ਟਰਮ ਨੂੰ ਕਲੈਕਸ਼ਨ ਆ ਆਫ 2020 ਉਹਦੀ ਥੋੜ੍ਹੀ ਜਿਹੀ ਡਿਸਕ੍ਰਿਪਸ਼ਨ ਲੈ ਕੇ ਤੁਹਾਡੇ ਲਈ, ਠੀਕ ਹੈ। ਅਤੇ ਹੁਣ ਆਪਾਂ ਤੁਹਾਨੂੰ ਪੂਰੀ ਵੀਡੀਓ ਦੇ ਵਿੱਚ ਦੱਸਾਂਗੇ ਕਿ ਮਤਲਬ ਕੀ ਲੈਂਥ ਆ ਸਾਰੀ ਦਸਤਾਰਾਂ ਦੀ, ਠੀਕ ਹੈ। ਅਤੇ ਕਲਰ ਦੱਸਾਂਗੇ ਤੁਹਾਨੂੰ ਸਟੈਪ ਬਾਏ ਸਟੈਪ। ਹੁਣ ਤੁਹਾਡਾ ਵਕਤ ਨਾ ਜ਼ਾਇਰ ਕਰਦੇ ਹੋਏ ਹੁਣ ਆਪਾਂ ਬਿਗਿਨ ਕਰਦੇ ਹਾਂ ਜੀ ਵੀਡੀਓ ਨੂੰ, ਠੀਕ ਹੈ। ਅਤੇ ਹੁਣ ਸਭ ਤੋਂ ਪਹਿਲਾਂ ਤੁਹਾਨੂੰ ਸਭ ਤੋਂ ਪਹਿਲਾਂ ਕਲਰ ਦੱਸਾਂ ਤਾਂ ਇਹ ਹੈਗਾ ਜੀ ਸਕਾਈ ਕਲਰ ਹੈ ਜੀ, ਜਿਹੜਾ ਆਸਮਾਨੀ ਕਲਰ ਕਹਿੰਦੇ ਜਿਹਨੂੰ ਆਪਾਂ। ਇਹ ਹੈਗਾ ਸਾਡੇ ਕੋਲ ਬਲੈਕ ਕਲਰ, ਇਹ ਹੈਗਾ ਸਾਡੇ ਕੋਲ ਲੈਮਨ ਯੈਲੋ ਸ਼ੇਡ, ਇਹ ਹੈਗਾ ਸਾਡੇ ਕੋਲ ਮਜੈਂਟਾ ਕਲਰ, ਇਹ ਹੈਗਾ ਸਾਡੇ ਕੋਲ ਬੇਬੀ ਪਿੰਕ, ਇਹ ਹੈਗਾ ਸਾਡੇ ਕੋਲ ਮਹਿਰੂਨ ਕਲਰ, ਠੀਕ ਹੈ ਜੀ। ਇਹ ਕਲਰ ਹੈਗਾ ਸਾਡੇ ਕੋਲ ਜਿਹੜਾ ਥੋੜ੍ਹਾ ਡਾਰਕ ਟੋਨ ਦੇ ਵਿੱਚ, ਜਿਹੜਾ ਕਿ ਆਪਾਂ ਆਹ ਦੇਖਿਆ ਪਿੰਕ, ਪਿੰਕ ਤੋਂ ਥੋੜ੍ਹਾ ਡਾਰਕ ਟੋਨ 'ਚ ਹੈ। ਅਤੇ ਆਹ ਜਿਹੜਾ ਹੈਗਾ ਸਾਡੇ ਕੋਲ ਗ੍ਰੇ ਕਲਰ, ਇਹ ਸਾਡੇ ਕੋਲ ਰੋਇਲ ਬਲੂ ਕਲਰ, ਇਹ ਪਿਓਰ ਰੈੱਡ ਕਲਰ, ਠੀਕ ਹੈ ਲਾਲ ਰੰਗ, ਇਹ ਸਾਡੇ ਕੋਲ ਪਿੰਕ ਕਲਰ ਆ, ਪਿੰਕ ਗੁਲਾਬੀ ਰੰਗ ਜਿਹਨੂੰ ਕਹਿੰਦੇ ਆਪਾਂ। ਇਹ ਹੈਗਾ ਸਾਡੇ ਕੋਲ ਯੈਲੋ। ਹੁਣ ਇਹਨਾਂ ਦੋਨਾਂ ਯੈਲੋਸ ਦੇ ਵਿੱਚ ਕੀ ਫਰਕ ਆ? ਇਹ ਲੈਮਨ ਯੈਲੋ ਸ਼ੇਡ ਆ, ਜਿਹੜਾ ਕਿ ਨਿੰਬੂ ਦਾ ਰੰਗ ਹੁੰਦਾ ਉੱਦਾਂ ਦਾ ਯੈਲੋ, ਇਹ ਹੈਗਾ ਪਿਓਰ ਯੈਲੋ, ਠੀਕ ਹੈ। ਅਤੇ ਹੁਣ ਜਿਹੜਾ ਆਪਣੇ ਕੋਲ ਇਹ ਆ, ਇਹ ਮਜੈਂਟਾ ਰੰਗ ਆ, ਇਹ ਦੋਨੋਂ ਸੇਮ ਆ ਕਲਰ, ਆਹ ਵਾਲਾ ਅਤੇ ਆਹ ਵਾਲਾ। ਇਹ ਨਵੀਂ ਪੱਗ ਇਹ ਮੈਂ ਲਿਆਂਦੀ ਆ, ਮਤਲਬ ਕਿ ਇਹਨੂੰ 2 ਹਫ਼ਤੇ ਹੋਏ ਆ, ਇਹਨੂੰ 2-3 ਮਹੀਨੇ ਹੋ ਗਏ, ਐਕਚੁਅਲੀ ਇਹਨੂੰ 2-3 ਮਹੀਨੇ ਹੋ ਗਏ ਹੋਏ ਆ, ਇਹਨੂੰ 2-3 ਹਫ਼ਤੇ ਹੋਏ ਆ, ਇਹਨੂੰ 2-3 ਮਹੀਨੇ ਹੋ ਗਏ ਆ, ਕਲਰ ਦੋਨੋਂ ਸੇਮ ਨੇ। ਅਤੇ ਇਹ ਜਿਹੜਾ ਹੈਗਾ ਆ, ਇਹ ਹੈਗਾ ਆ ਖਾਕੀ ਕਲਰ, ਠੀਕ ਹੈ ਜੀ। ਆਹ ਹੈਗਾ ਆ ਵਾਈਟ ਕਲਰ, ਇਹ ਹੈਗਾ ਸਾਡੇ ਕੋਲ ਮਹਿਰੂਨ ਕਲਰ। ਦੇਖੋ ਆਹ ਮਹਿਰੂਨ ਆ, ਆਹ ਰੈੱਡ ਆ, ਠੀਕ ਹੈ। ਇਹ ਕਲਰ ਇਹਨਾਂ ਦੋਨਾਂ ਦੇ ਵਿਚਲਾ ਕਲਰ ਆ, ਮਾਰਦਾ ਇਹ ਵੀ ਰੈੱਡ ਅਤੇ ਮਹਿਰੂਨ ਟੋਨ, ਦੋਨੋਂ ਟੋਨ ਮਾਰਦਾ ਇਹ, ਠੀਕ ਹੈ ਜੀ। ਇਹ ਹੈਗਾ ਸਾਡੇ ਕੋਲ ਫਰੋਜੀ ਕਲਰ, ਇਹ ਹੈਗਾ ਸਾਡੇ ਕੋਲ ਮੋਰ ਪੰਖੀਆ ਕਲਰ, ਇਹ ਹੈਗਾ ਸਾਡੇ ਕੋਲ ਗਾਜਰੀ ਕਲਰ, ਠੀਕ ਹੈ ਜੀ। ਇਹ ਹੈਗਾ ਸਾਡੇ ਕੋਲ ਪੈਰਟ ਕਲਰ, ਪੈਰਟ ਜਿਹੜਾ ਤੋਤੇ ਰੰਗ ਹੁੰਦਾ ਨਾ ਹਰਾ, ਉਹ ਵਾਲਾ ਕਲਰ। ਅਤੇ ਇਹ ਹੈਗਾ ਸਾਡੇ ਕੋਲ ਅਸਲੀਅਤ ਦੇ ਵਿੱਚ ਜਿਹੜਾ ਮੈਂਟਾ ਰੰਗ ਹੈ ਉਹ ਇਹ, ਠੀਕ ਹੈ ਜੀ। ਇਹ ਥੋੜ੍ਹੇ ਨਾ ਰੈਡਿਸ਼ ਟੋਨ ਮਾਰਦੇ ਆ ਫੋਟੋਜ਼ ਦੇ ਵਿੱਚ, ਜਾਂ ਆਪਾਂ ਜੇ ਕਹਿ ਲਓ ਕਿਤੇ ਦੇਖੀਏ ਨਾ ਇਹਨਾਂ ਨੂੰ, ਦੇਖਣ ਦੇ ਵਿੱਚ ਵੀ ਥੋੜ੍ਹਾ ਰੈਡਿਸ਼ ਟੋਨ ਮਾਰ ਜਾਂਦੇ, ਪਰ ਹੈਗੇ ਮਜੈਂਟਾ ਕਲਰ ਹੀ ਹੈ, ਪਰ ਅਸਲੀਅਤ ਦੇ ਵਿੱਚ ਮਜੈਂਟਾ ਕਲਰ ਇਹ ਹੈ। ਹੁਣ ਮੈਂ ਤੁਹਾਨੂੰ ਸਾਰੀ ਟਰਮਲ ਦੀ ਜਿਹੜੀ ਲੈਂਥ ਹੈ ਉਹ 8 ਮੀਟਰ ਦੀ ਲੈਂਥ ਹੈ, ਅਤੇ ਰੂਬੀਆ ਵੈਲ ਕੈਮੀਕਲ ਕਲੋਥ ਹੈ ਜੀ ਸਾਰਿਆਂ ਦਾ, ਅਤੇ ਕਲਰ ਤੁਹਾਡੇ ਸਾਰੇ ਸਾਹਮਣੇ ਪਏ ਆ। ਅਤੇ ਹੁਣ ਮੇਰੇ ਵੀਰਾਂ ਨੂੰ ਜੇ ਵੀਡੀਓ ਪਸੰਦ ਆਈ ਤਾਂ ਸ਼ੇਅਰ ਜ਼ਰੂਰ ਕਰਿਓ, ਅਤੇ ਮੇਰੇ ਯੂਟਿਊਬ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਓ, ਅਤੇ ਮੇਰੇ ਬੈੱਲ ਆਈਕਨ ਨੂੰ ਕਲਿੱਕ ਕਰ ਲਓ ਯੂਟਿਊਬ ਚੈਨਲ 'ਤੇ, ਤਾਂ ਜੋ ਮੇਰੀ ਪਾਈ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ। ਅਤੇ ਕਿਸੇ ਵੀ ਨਵੇਂ ਤਰੀਕੇ ਦੀ ਦਸਤਾਰ ਦੀ ਵੀਡੀਓ ਲਈ ਜਾਂ ਕਿਸੇ ਵੀ ਨਵੀਂ ਚੀਜ਼ ਦੇ ਉੱਤੇ ਵੀਡੀਓ ਲਈ ਤੁਸੀਂ ਮੈਨੂੰ ਕਮੈਂਟ ਬਾਕਸ 'ਚ ਲਿਖ ਦਿਓ, ਮੈਂ ਕੋਸ਼ਿਸ਼ ਕਰਾਂਗਾ ਜਲਦ ਤੋਂ ਜਲਦ ਤੁਹਾਡੇ ਲਈ ਵੀਡੀਓ ਲੈ ਕੇ ਆਉਣ ਦਾ। ਐਕਚੁਅਲ ਦੇ ਵਿੱਚ ਵੀਡੀਓ ਮੇਰੇ ਕੋਲ ਕਾਫੀ ਬਣੀਆਂ ਪਈਆਂ, ਮੈਂ 1-1 ਦਿਨ ਦੇ ਗੈਪ ਨਾਲ ਪੋਸਟ ਕਰਾਂ, ਤਾਂ ਜੋ ਮੇਰੇ ਸਾਰੇ ਵੀ ਚੰਗੀ ਤਰ੍ਹਾਂ ਦੇਖ ਸਕਣ। ਹੁਣ ਮੇਰੇ ਵੀਰ ਮੈਨੂੰ ਸਾਰੇ ਦਿਓ ਇਜਾਜ਼ਤ, ਗੁਰੂ ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।